ਦੇ ਭਵਾਨੀ ਨਗਰ ਤੋਂ ਇੱਕ ਅਜਿਹੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਇਸ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਜੋ ਕਿ ਬੈਂਕ 'ਚੋਂ ਪੈਸੇ ਕਢਵਾ ਕੇ ਆਪਣੇ ਘਰ ਪਹੁੰਚਦਾ ਹੈ, ਉਸਦੇ ਪਿੱਛੇ ਪਿੱਛੇ ਅਣਪਛਾਤੇ ਬਾਈਕ ਸਵਾਰ ਦੋ ਨੌਜਵਾਨ ਵੀ ਪਹੁੰਚਦੇ ਹਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਬਜ਼ੁਰਗ 'ਤੇ ਹਮਲਾ ਕਰਦਾ ਹੈ ਅਤੇ ਉਸ ਤੋਂ 50,000 ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ। ਅਣਪਛਾਤੇ ਲੁਟੇਰੇ ਵੱਲੋਂ ਬਜ਼ੁਰਗ 'ਤੇ ਪਿਸਤੌਲ ਨਾਲ ਮਾਰ ਮਾਰ ਕੇ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਇਹ ਲੁੱਟ ਦੀ ਵਾਰਦਾਤ ਬਜ਼ੁਰਗ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਹੋਈ ਇਸ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ ਭਾਪਾ ਜੀ, ਕੀ ਘਟਨਾ ਘਟੀ ਸੀ ਤੁਹਾਡੇ ਨਾਲ? ਘਟਨਾ, ਮੈਂ ਕਪੈਲ ਕਢਾ ਕੇ ਲਿਆਇਆ ਜੀ 50,000 ਰੁਪਏ। ਆ ਕੇ ਮੈਂ ਆਪਣੇ ਬੂਹੇ ਅੱਗੇ ਐਕਟਿਵਾ ਲਾ ਗਈ ਅਤੇ ਬੂਹਾ ਖੋਲਿਆ ਅਤੇ ਜਦੋਂ ਮੈਂ ਐਕਟਿਵਾ ਦੁਬਾਰਾ ਫੜਨ ਲੱਗਾ, ਅੰਦਰ ਕਰਨ ਲੱਗਾ, ਅਤੇ ਉਹਨੇ ਪਿੱਛੋਂ ਮੇਰੇ ਆ ਕੇ ਸਿਰ 'ਤੇ ਕੋਈ ਮਾਰਿਆ ਅਤੇ ਉਹਨੇ ਮੈਨੂੰ ਥੱਲੇ ਸੁੱਟ ਲਿਆ। ਥੱਲੇ ਸੁੱਟ ਕੇ ਉਹ ਮੈਨੂੰ ਮਾਰਦਾ ਰਿਹਾ ਅਤੇ ਮੈਂ ਉਹਨੂੰ ਲੱਤਾਂ ਲੁੱਤਾਂ ਮਾਰੀਆਂ, ਲੇਕਿਨ ਉਹ ਬੰਦਾ ਤਕੜਾ ਸੀ, ਮੇਰੇ ਬਕਸ ਨਹੀਂ ਚੱਲਿਆ ਅਤੇ ਉਹਨੇ ਨਾ ਮੇਰੀ ਜੇਬ ਨੂੰ ਹੱਥ ਪਾ ਲਿਆ, ਜੇਬ ਪੂਰੀ ਤਰ੍ਹਾਂ ਪਾੜ ਕੇ ਅਤੇ ਵਿੱਚੋਂ ਪੈਸੇ ਨਿਕਲੇ ਅਤੇ ਉਹ ਪੈਸੇ ਲੈ ਗਿਆ 50,000 ਰੁਪਏ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਮੈਂ ਰਿਟਾਇਰ ਹਾਂ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਹਾਂਜੀ, ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ? ਪ੍ਰਸ਼ਾਸਨ ਕੋਲੋਂ ਮੈਂ ਇਹ ਮੰਗ ਕਰਨਾ ਵੀ ਇਹਨੇ ਬਜ਼ੁਰਗ ਸੀ, ਉਹ ਬੈਂਕ ਤੋਂ ਪੈਸੇ ਕਢਾ ਕੇ ਲਿਆਏ ਨੇ। ਉਹਨਾਂ ਦੱਸੇ 50,000 ਰੁਪਇਆ ਮੇਰਾ ਕੋਈ ਦੋ ਨੌਜਵਾਨ ਖੋਹ ਕੇ ਲੈ ਗਿਆ। ਉਹਦੇ ਸੰਬੰਧ 'ਚ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ, ਉਹਦੇ ਮੁਤਾਬਕ ਜੋ ਵੀ ਹੈ ਟੀਮਾਂ ਲਾ ਦਿੱਤੀਆਂ ਨੇ, ਸਾਰਾ ਵੈਰੀਫਾਈ ਕਰ ਰਹੇ। ਸੀਸੀਟੀਵੀ ਦੋ ਨੌਜਵਾਨ ਆ ਰਹੇ ਨੇ ਮੋਟਰਸਾਈਕਲ 'ਤੇ ਨੇ, ਉਹ ਵਾਰਦਾਤ ਨੂੰ ਅੰਜਾਮ ਦੇ ਕੇ ਜਾਂਦੇ ਨੇ, ਪਰ ਬਾਕੀ ਸਾਰਾ ਵੈਰੀਫਾਈ ਕਰ ਰਹੇ ਹਾਂ, ਜੋ ਵੀ ਹੋਣਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਦੇ। ਉਹਦੇ ਲਾ 'ਤੇ ਜੋ ਵੀ ਸੀਸੀਟੀਵੀ ਫੁਟੇਜ ਆਈ ਸਾਰੀਆਂ ਆਪਣੀਆਂ ਟੀਮਾਂ ਨੂੰ ਦੇ ਦਿੱਤੀ ਆ, ਔਰ ਇਸ ਸੰਬੰਧ 'ਚ ਸਾਰੀਆਂ ਟੀਮਾਂ ਲਾ ਦਿੱਤੀਆਂ ਅਤੇ ਅੱਗੇ ਇਨਵੈਸਟੀਗੇਸ਼ਨ ਜਾਰੀ। ਕੋਈ ਮੋਟਰਸਾਈਕਲ ਨੰਬਰ? ਮੋਟਰਸਾਈਕਲ ਇੱਕ ਨੰਬਰ ਆਇਆ, ਉਹਨੂੰ ਵੈਰੀਫਾਈ ਕਰ ਰਹੇ ਹਾਂ, ਕੀ ਪੂਰਾ ਕਨਫਰਮ ਨਹੀਂ ਹੋ ਰਿਹਾ, ਕਨਫਰਮ ਕਰਕੇ ਅੱਗੇ ਇਹਦੇ ਬਾਰੇ ਤਾਂ ਵੇਖੋ ਜੀ, ਉਹ ਜੋ ਬਿਆਨ ਲਿਖਾਉਂਦੇ ਉਹਦੇ ਮੁਤਾਬਕ ਕਾਰਵਾਈ ਕਰਦੇ ਹਾਂ। ਸੀਸੀਟੀਵੀ 'ਚ ਕੋਈ ਪਿਸਟਲ, ਸੀਸੀਟੀਵੀ 'ਚ ਕੋਈ ਇਹੋ ਜਿਹਾ ਨਹੀਂ ਆ ਰਿਹਾ, ਇਹੋ ਜਿਹਾ ਕੁਛ ਨਹੀਂ, ਬਾਕੀ ਜੋ ਸਟੇਟਮੈਂਟ ਦੇਣਗੇ ਮੁਤਾਬਕ ਕਾਰਵਾਈ ਕਰਾਂਗੇ। ਬਦਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ, ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ, ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1,313 ਰੁਪਏ ਵਿੱਚ।